ਜਿਹੜੇ ਮਿਸਕੈਰੇਜ ਹੁੰਦੇ ਨੇਗੇ ਵੀ ਗਰਭਪਾਤ ਹੋ ਗਏ ਜੀ ਉਹ ਜਿਹੜਾ ਇਹ ਦੁੱਧ ਪੀ ਰਹੇ ਆ ਆਪਾਂ ਵੱਡੇ ਵੱਡੇ ਸ਼ਹਿਰਾਂ 'ਚ ਉਹਦੇ ਨਾਲ ਜਿਹੜਾ ਬੱਚੇ ਦਾ ਇਹਦਾ ਮੂੰਹ ਕਮਜ਼ੋਰ ਹੋ ਜਾਂਦਾ ਤਾਂ ਹੀ ਜਿਹੜੀ ਇਹ ਪ੍ਰੋਬਲਮ ਆ ਰਹੀ ਹੈ ਪਰੰਤੂ ਕੋਈ ਧਿਆਨ ਨਹੀਂ ਦੇ ਰਿਹਾ ਇੱਕ ਗੱਲ ਹੋਰ ਵੀ ਹੈ ਜੇ ਆਕਸੀਟੋਸਿਨ ਇੱਕੋਦਮ ਬੰਦ ਹੋ ਗਿਆ ਤਾਂ ਤੜਕੇ ਨੂੰ ਤੁਹਾਡੇ ਕੋਲ ਦੁੱਧ ਦਾ ਛੱਟਾ ਮਾਰ ਕੇ ਚਾਹ ਪੀਣੀ ਪਊਗੀ ਜਿੰਨੇ ਵੱਡੇ ਸ਼ਹਿਰਾਂ 'ਚ ਡੈਰੀਆਂ ਨੇਗੀਆਂ ਹਾਂ ਉਹ 200 ਗੱਜ 250 ਗੱਜ 300 ਗੱਜ ਕੁਝ ਡੈਰੀਆਂ ਵੱਡੀਆਂ ਵੀ ਹੈਗੀਆਂ ਨਹੀਂ ਹਾਂ ਪਰੰਤੂ ਨਾ ਤਾਂ ਉਹ 'ਚ ਟੁੱਬ ਹੈ ਨਾ ਉਹ 'ਚ ਪਸ਼ੂਆਂ ਦੇ ਤੁਰਨ ਫਿਰਨ ਵਾਸਤੇ ਨੇਚਰਲ ਮਾਹੌਲ ਹੈ ਵੀ ਜਿਵੇਂ ਘਾਹ ਲੱਗਿਆ ਹੋਵੇ ਚਾਰ ਰਹੀਆਂ ਹਾਂ ਉਹ ਇੱਕ ਜੇਲ੍ਹ ਹੈ ਕਿ ਜੇਲ੍ਹ 'ਚ ਰਹਿ ਕੇ ਆਪਾਂ ਜਿਵੇਂ ਸੁਧਾਰ ਕਰਨੇ ਗੇ ਉਸ ਤਰ੍ਹਾਂ ਦਾ ਮਾਹੌਲ ਮਿਲ ਸਕਦਾ ਪਸ਼ੂ ਨੂੰ ਵੀ ਉਹ ਖੁਸ਼ ਹੋ ਕੇ ਦੁੱਧ ਦੇਵੇ ਉੱਥੇ ਕੀ ਹੁੰਦਾ ਹੈ ਜਗ੍ਹਾ ਨਹੀਂ ਹੁੰਦੀ ਉੱਥੇ ਜਗ੍ਹਾ ਨਹੀਂ ਹੁੰਦੀ ਉਹ ਕਹਿੰਦੇ ਵੀ ਇਹਦੇ ਪਸ਼ੀ ਜਿਹੜੇ ਬੱਚੇ ਨੇ ਉਹ ਕਿਵੇਂ ਸਾਂਭੀਏ ਉਹ ਬੱਚਿਆਂ ਨੂੰ ਵੇਚ ਦਿੰਦੇ ਨੇ ਅਤੇ ਮੱਝਾਂ ਨੂੰ ਕਿਉਂਕਿ ਜਿਹੜਾ ਆਕਸੀਟੋਸਨ ਹੈ ਨਾ ਵੀ ਜਿਹੜੀ ਆਪਣੀ ਨਾ ਹਿਊਮਨ ਬਾਡੀ ਵਾਸਤੇ ਵੀ ਜਾਣੀ ਆ ਜੋ ਬੱਚਾ ਆਉਣ ਵਾਲਾ ਹੁੰਦਾ ਸੀ ਜੇ ਬੱਚਾ ਨਹੀਂ ਹੋ ਰਿਹਾ ਨਾ ਵੀ ਜਿਹੜੀ ਬੱਚੇ ਦਾ ਨਹੀਂ ਉਹਦਾ ਮੂੰਹ ਨਹੀਂ ਖੁੱਲਦਾ ਸੀ ਉਹਦੇ ਵਾਸਤੇ ਨਾ ਇਹਦੇ 2-3 ਡਰੋਪ ਹੀ ਅੰਦਰ ਜਾਂਦੇ ਸੀ ਕਿਉਂਕਿ ਕਾਫੀ ਘੱਟ ਕਪੈਸਿਟੀ ਟੀਕਾ ਬਣਾਇਆ ਗਿਆ ਜੀ ਟੀਕੇ ਆਉਂਦੇ ਸੀ ਪਹਿਲਾਂ ਲੱਗਦੇ ਸੀ ਉਹ ਯੂਟਰਸ ਦਾ ਮੂੰਹ ਖੋਲ੍ਹ ਦਿੰਦੀ ਹੈ ਠੀਕ ਹੈ ਉਹਦੇ ਨਾਲ ਬੱਚਾ ਪੈਦਾ ਹੋ ਜਾਂਦਾ ਸੀ ਇਹਦੇ ਨਾਲ ਜਦੋਂ ਯੂਟਰਸ ਦਾ ਕੋਈ ਸਿਸਟਮ ਬਣਿਆ ਹੋਇਆ ਤਾਂ ਸੁੰਨ ਵੀ ਕਰ ਦਿੰਦੀ ਹੈ ਇਹ ਕਾਫੀ ਪਸ਼ੂ ਨੂੰ ਅਤੇ ਉਹਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਵੀ ਮੇਰਾ ਬੱਚਾ ਚੁੰਘ ਰਿਹਾ ਜਾਂ ਮੈਨੂੰ ਕੋਈ ਚੋਰ ਰਿਹਾ ਦੁੱਧ ਨੂੰ ਉਹਦੇ ਨਾਲ ਦੁੱਧ ਉੱਤਰ ਆਉਂਦਾ ਤੁਸੀਂ ਇਹ ਦੇਖ ਲਓ ਵੀ ਜਿਹੜੇ ਮਿਸਕੈਰੇਜ ਹੁੰਦੇ ਨੇਗੇ ਵੀ ਗਰਭਪਾਤ ਹੋ ਗਏ ਜੀ ਉਹ ਜਿਹੜਾ ਇਹ ਦੁੱਧ ਪੀ ਰਹੇ ਹਾਂ ਆਪਾਂ ਵੱਡੇ ਵੱਡੇ ਸ਼ਹਿਰਾਂ 'ਚ ਉਹਦੇ ਨਾਲ ਜਿਹੜਾ ਬੱਚੇ ਦਾ ਇਹਦਾ ਮੂੰਹ ਕਮਜ਼ੋਰ ਹੋ ਜਾਂਦਾ ਤਾਂ ਹੀ ਜਿਹੜੀ ਇਹ ਪ੍ਰੋਬਲਮ ਆ ਰਹੀ ਹੈ ਪਰੰਤੂ ਕੋਈ ਧਿਆਨ ਨਹੀਂ ਦੇ ਰਿਹਾ ਇੱਕ ਗੱਲ ਹੋਰ ਵੀ ਹੈ ਜੇ ਆਕਸੀਟੋਸਿਨ ਇੱਕੋਦਮ ਬੰਦ ਹੋ ਗਿਆ ਤਾਂ ਤੜਕੇ ਨੂੰ ਤੁਹਾਡੇ ਕੋਲ ਦੁੱਧ ਦਾ ਛੱਟਾ ਮਾਰ ਕੇ ਚਾਹ ਪੀਣੀ ਪਊਗੀ ਆਹ ਹਾਲਾਤ ਹੋ ਜਾਣਗੇ ਇਹਨਾਂ ਨੂੰ ਉਹ ਸਿਸਟਮ ਸੈੱਟ ਕਰਨ ਵਾਸਤੇ ਕੋਈ ਪੂਰੀ ਪੋਲਸੀ ਲਿਆਉਣੀ ਚਾਹੀਦੀ ਹੈ ਜਿਵੇਂ ਪਹਿਲਾਂ ਐਕਸਾਈਜ਼ ਦੀ ਗੱਲ ਕੀਤੀ ਹੈ ਪੋਲਸੀਆਂ ਸਾਰੀਆਂ ਪਿੱਛੇ ਖਜ਼ਾਨਾ ਪੋਲਸੀਆਂ ਸਾਰੀਆਂ ਪਿੱਛੇ ਸਿਹਤ ਪੋਲਸੀਆਂ ਸਾਰੀਆਂ ਪਿੱਛੇ ਨੌਜਵਾਨਾਂ ਨੂੰ ਰੋਜ਼ਗਾਰ ਸਾਰਾ ਕੁਝ ਜੁੜਿਆ ਹੋਇਆ ਫਿਸ਼ਰੀ ਜੁੜੀ ਹੋਈ ਹੈ ਤੁਸੀਂ ਅੱਜ ਬਣਾਓ ਇੱਕ MSP ਕਰ ਦਿਓ ਦੁੱਧ ਦੀ ਜੇ ਦੁੱਧ ਪਿਓਰ ਹੋ ਗਿਆ ਨਾ ਲੋਕ 80 ਰੁਪਏ ਵੀ ਦੇਣ ਨੂੰ ਤਿਆਰ ਨੇ ਉਹਦੇ ਡੈਰੀਆਂ ਬਣਾਓ 5-5 ਏਕੜ 'ਚ ਫਿਸ਼ ਪੌਂਡ ਖੋਲ੍ਹੋ 60 ਮੱਝਾਂ ਦਿਓ ਇੱਕ ਮੱਝ ਦਾ ਟਾਰਗੇਟ ਬਣਾ ਲਓ ਰੋਜ਼ ਦਾ 50 ਰੁਪਈਏ 3,000 ਰੁਪਇਆ ਰੋਜ਼ ਦਾ ਹੋ ਗਿਆ 3-4 ਲੱਖ ਦੀ ਮੱਛੀ ਆਜੂ ਕਿਹੜਾ ਬੱਚਾ ਬਾਹਰ ਜਾਊਗਾ ਪੋਲਸੀਆਂ ਬਣਾਓ ਉਹਦੀਆਂ ਡੈਰੀ ਦੀਆਂ ਸਾਰੇ ਕਾਸੇ ਦੀਆਂ ਬਹੁਤ ਈਜ਼ੀ ਹੈ ਲੋਕਾਂ ਦੀ ਸਿਹਤ ਵੀ ਵੱਧ ਜੂਗੀ ਇਹ ਆਕਸੀਟੋਸਨ ਦਾ ਜਿਹੜਾ ਨੁਕਸਾਨ ਹੀ ਨੁਕਸਾਨ ਹੈ ਇਹਦੇ ਨਾਲ ਸ਼ਾਇਦ ਮਾਸ 'ਚ ਵੀ ਅਸਰ ਪੈਂਦਾ ਹੋਵੇ ਪਰੰਤੂ ਮੈਨੂੰ ਪਤਾ ਲੱਗਿਆ ਵੀ ਮਾਸ 'ਚ ਇਹਦਾ ਅਸਰ ਨਹੀਂ ਹੁੰਦਾ ਜਿਹੜੇ ਲੋਕ ਇਹਨੂੰ ਕੱਟ ਕੇ ਖਾਂਦੇ ਨੇ ਨੁਕਸਾਨ ਤਾਂ ਇਹਦਾ ਹੈਗੀ ਹੈਗਾ ਜੀ ਨੁਕਸਾਨ ਠੀਕ ਹੈ ਜੀ ਓਕੇ